ਕਿਸਾਨਾਂ ਨੇ ਜਿਹੜਾ ਸੱਦਾ ਦਿੱਤਾ ਹੈ 8 ਜੁਲਾਈ ਦੇ ਸੰਘਰਸ਼ ਦਾ 8 ਜੁਲਾਈ ਦੇ ਦੇਸ਼ ਭਰ ਦੇ ਵਿੱਚ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਦਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਖਿਲਾਫ 8 ਜੁਲਾਈ ਸਵੇਰੇ 10 ਵਜੇ ਤੋਂ ਦੁਪਹਿਰੇ 12 ਵਜੇ ਤੱਕ ਪੂਰੇ ਭਾਰਤ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਪ੍ਰਦਰਸ਼ਨਕਾਰੀ ਆਵਾਜਾਈ ਦੇ ਵਿੱਚ ਬਿਨਾਂ ਕੋਈ ਵਿਘਨ ਪਾਇਆ ਰੋਸ ਵਜੋਂ ਚੁਣੀਆਂ ਗਈਆਂ ਸਰਵਜਨਕ ਯਾਨੀ ਕਿ ਜਨਤਕ ਥਾਵਾਂ ਤੇ ਸਕੂਟਰਾਂ, ਮੋਟਰਸਾਈਕਲਾਂ, ਟਰੈਕਟਰਾਂ, ਕਾਰਾਂ, ਬੱਸਾਂ, ਟਰੱਕਾਂ ਅਤੇ ਵੱਖ-ਵੱਖ ਵਾਹਨਾਂ ਤੇ ਖਾਲੀ ਗੈਸ ਸਿਲੰਡਰਾਂ ਦੇ ਨਾਲ ਪ੍ਰਦਰਸ਼ਨ ਕਰਨਗੇ। ਮੋਰਚੇ ਨੇ ਅਪੀਲ ਕੀਤੀ ਹੈ ਕਿ ਰੋਸ ਪ੍ਰਦਰਸ਼ਨ ਦੌਰਾਨ ਸੜਕਾਂ ਨੂੰ ਜਾਮ ਨਾ ਕੀਤਾ ਜਾਵੇ ਬਲਕਿ ਸੜਕ ਦੇ ਇੱਕ ਪਾਸੇ ਖੜ ਕੇ ਸ਼ਾਂਤਮਈ ਰੋਸ ਮੁਜ਼ਾਹਰੇ ਕੀਤੇ ਜਾਣ। 2 ਘੰਟਿਆਂ ਦੇ ਲਈ ਇਹ ਮੁਜ਼ਾਹਰੇ ਹੋਣਗੇ। ਮੋਰਚੇ ਨੇ ਕਿਹਾ ਕਿ ਇਹ ਇੱਕ ਅਜਿਹਾ ਮੁੱਦਾ ਹੈ ਜੋ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਰਕੇ ਮੋਰਚਾ ਅਪੀਲ ਕਰਦਾ ਹੈ ਕਿ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਕਰਮਚਾਰੀ, ਦੁਕਾਨਦਾਰ, ਟਰਾਂਸਪੋਰਟਰ, ਵਪਾਰੀ ਤੇ ਹੋਰ ਵਰਗਾਂ ਦੇ ਲੋਕ ਇਹਨਾਂ ਪ੍ਰਦਰਸ਼ਨਾਂ ਦਾ ਹਿੱਸਾ ਬਣਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਮੰਜੀ ਸਾਹਿਬ ਕੋਟਾਂ ਲੁਧਿਆਣਾ ਪਹੁੰਚੇ ਹੋਏ ਸੀ। ਇੱਥੇ ਇੱਕ ਵੱਡੀ ਮੀਟਿੰਗ ਹੋਈ, ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜੇਵਾਲ ਨੇ ਵੀ ਸੱਦਾ ਦਿੱਤਾ ਦੇਸ਼ ਵਾਸੀਆਂ ਨੂੰ ਕਿ 2 ਘੰਟਿਆਂ ਦੇ ਲਈ ਦੇਸ਼ ਭਰ ਦੀਆਂ ਸੜਕਾਂ ਤੇ ਬਿਨਾਂ ਟ੍ਰੈਫਿਕ ਜਾਮ ਕੀਤੇ ਰੋਸ ਮੁਜ਼ਾਹਰੇ ਕੀਤੇ ਜਾਣ। ਸੜਕਾਂ ਦੇ ਕਿਨਾਰਿਆਂ ਤੇ ਖੜ ਕੇ ਰੋਸ ਮੁਜ਼ਾਹਰੇ ਕੀਤੇ ਜਾਣ, ਕਿਸੇ ਨੂੰ ਵੀ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਹਰ ਵਰਗ ਨੂੰ ਅਪੀਲ ਕੀਤੀ ਹੈ ਰਾਜੇਵਾਲ ਨੇ ਕਿ ਉਹ ਆਪਣੇ ਵਾਹਨ ਸੜਕ ਕਿਨਾਰਿਆਂ ਤੇ ਖੜੇ ਕਰਕੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਨ ਤਾਂ ਜੋ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ। ਇਸੇ ਦਰਮਿਆਨ 12 ਵਜੇ ਸਾਰਿਆਂ ਨੂੰ ਆਪੋ ਆਪਣੇ ਵਾਹਨਾਂ ਦੇ ਹਾਰਨ ਵਜਾਉਣ ਦੀ ਵੀ ਅਪੀਲ ਕੀਤੀ ਹੈ ਕਿਸਾਨ ਲੀਡਰਾਂ ਨੇ। ਰਾਜੇਵਾਲ ਨੇ ਵੀ ਦੱਸਿਆ ਕਿ 19 ਜੁਲਾਈ ਤੋਂ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ 19 ਤੋਂ ਲੈ ਕੇ 21 ਤਰੀਕ ਤੱਕ ਅਸੀਂ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਅਸੀਂ ਚੇਤਾਵਨੀ ਪੱਤਰ ਦੇਵਾਂਗੇ ਕਿ ਜੇ ਕੋਈ ਮੈਂਬਰ ਕਿਸਾਨਾਂ ਦੇ ਖਿਲਾਫ ਜਾਵੇਗਾ ਤਾਂ ਉਸਨੂੰ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਸੰਸਦ ਦੇ ਅੰਦਰ ਜਾ ਕੇ ਵਿਰੋਧੀ ਧਿਰ ਦੇ ਜਿਹੜੇ ਸਾਂਸਦ ਹੈਗੇ ਨੇ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਤੇ 22 ਜੁਲਾਈ ਤੋਂ 200 ਤੋਂ ਵਧੇਰੇ ਕਿਸਾਨਾਂ ਦਾ ਜਥਾ ਰੋਜ਼ਾਨਾ ਪਾਰਲੀਮੈਂਟ ਦੇ ਮੂਹਰੇ ਭੇਜਿਆ ਜਾਵੇਗਾ ਤੇ ਹਰ ਜਥੇਬੰਦੀ ਦੇ 5-5 ਮੈਂਬਰ ਇਹਨਾਂ 200 ਮੈਂਬਰਾਂ ਦੇ ਵਿੱਚ ਸ਼ਾਮਿਲ ਹੋਣਗੇ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਵੀ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 2 ਘੰਟਿਆਂ ਦੇ ਲਈ ਸੜਕਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਜਾਣ ਪਰ ਸੜਕਾਂ ਜਾਮ ਨਾ ਕੀਤੀਆਂ ਜਾਣ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਇਹ ਮੁਜ਼ਾਹਰਾ ਹੈ। ਗੁਰਨਾਮ ਸਿੰਘ ਚੜੂਨੀ ਨੇ ਹੋਰ ਕੀ ਕੁਛ ਅਪੀਲ ਕੀਤੀ ਹੈ ਤੁਹਾਨੂੰ ਸਭ ਨੂੰ ਇਹ ਤੁਸੀਂ ਸੁਣ ਸਕਦੇ ਹੋ। ਹਮਨੇ ਕੱਲ 10 ਵਜੇ ਸੇ 12 ਵਜੇ ਤੱਕ 2 ਘੰਟੇ ਸੜਕੋਂ ਕੇ ਕਿਨਾਰੇ ਪੇ ਖੜਾਣਾ ਹੈ, ਲੇਕਿਨ ਧਿਆਨ ਰਹੇ ਰੋਡ ਜਾਮ ਨਹੀਂ ਕਰਨਾ ਹੈ, ਕੇਵਲ ਸੜਕੋਂ ਕੇ ਕਿਨਾਰੇ ਲਾਈਨ ਮੇ ਖੜਾ ਕੇ ਇੱਕ ਪ੍ਰਦਰਸ਼ਨ, ਇੱਕ हमने रोस अपना दिखाना है। और गैस के जो खाली सिलेंडर हैं, भरे हुए नहीं क्योंकि गर्मी बहुत है, खाली सिलेंडर भी आप ले जा सकते हो, उनको भी सड़क के किनारे रख सकते हो।